ਬਿਸਮਿਲ੍ਲਾਹਿਰ-ਰਹਿਮਾਨ-ਰਹੀਮ। ਅਸਲਾਮ ਅਲੈਕੁਮ। ਦੇਸੀ ਟੀਵੀ USA ਤੋਂ ਪੰਜਾਬੀ ਦੀ ਖਬਰਾਂ ਦੇ ਨਾਲ ਮੈਂ ਨਾਦੀਆ ਰਾਜਪੂਤ। ਵਜ਼ੀਰ ਦੇ ਸੈਕਟਰੀ ਦੇ ਘਰ ਛਾਪਾ, ਇਤਨੀ ਰਕਮ ਨਿਕਲੀ ਕਿ ਸੁਣ ਕੇ ਤੁਹਾਡੇ ਹੋਸ਼ ਉੜ ਜਾਣਗੇ। ਸ਼ਾਹਰੁਖ ਖਾਨ ਤੇ ਸਲਮਾਨ ਖਾਨ ਦੇ ਬਾਰੇ ਚ ਦਿਲਚਸਪ ਹਕਾਇਕ ਸਾਹਮਣੇ ਆ ਗਏ। ਟੀਮ ਸਿਲੈਕਸ਼ਨ ਕਿਵੇਂ ਕੀਤੀ, ਬਾਬਰ ਨੇ ਸਾਰੇ ਪੋਲ ਖੋਲ ਦਿੱਤੇ। ਭਾਰਤ ਵਿੱਚ ਇੱਕ ਵਜ਼ੀਰ ਦੇ ਸੈਕਟਰੀ ਦੇ ਘਰ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਦੇ ਬਾਅਦ ਉੱਥੋਂ ਮਿਲਣ ਵਾਲੀ ਰਕਮ ਨੂੰ 6 ਮਸ਼ੀਨਾਂ ਦੀ ਮਦਦ ਤੋਂ ਗਿਣਨ ਤੇ 17 ਘੰਟੇ ਤੋਂ ਵੀ ਜ਼ਾਇਦ ਵੇਲਾ ਲੱਗ ਗਿਆ। ਭਾਰਤੀ ਮੀਡੀਆ ਰਿਪੋਰਟ ਦੇ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਹੁਕਾਮ ਨੇ ਰਿਆਸਤ ਝਾਰਖੰਡ ਦੇ ਵਜ਼ੀਰ ਬਰਾਏ ਦਹੀ ਤਰੱਕੀ ਆਲਮਗੀਰ ਆਲਮ ਦੇ ਪਰਸਨਲ ਸੈਕਟਰੀ ਸੰਜੀਵ ਲਾਲ ਦੇ ਘਰ ਤੇ ਛਾਪਾ ਮਾਰਿਆ। ਇਹ ਛਾਪਾ ਝਾਰਖੰਡ ਦੇ ਮਹਿਕਮਾ ਦਹੀ ਤਰੱਕੀ ਦੇ ਚੀਫ ਇੰਜੀਨੀਅਰ ਵਰਿੰਦਰਾ ਰਾਮ ਦੀ ਗ੍ਰਿਫਤਾਰੀ ਦੇ ਬਾਅਦ ਮਾਰਿਆ ਗਿਆ, ਜਿਨ੍ਹਾਂ ਨੂੰ ਮੁੰਬਈ ਨਾਲ ਮਨੀ ਲਾਂਡਰਿੰਗ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤੀ ਮੀਡੀਆ ਰਿਪੋਰਟ ਦੇ ਮੁਤਾਬਕ ਹੁਕਾਮ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਸੰਜੀਵ ਲਾਲ ਦੇ ਘਰ ਤੋਂ ਬਰਾਮਦ ਕਰੰਸੀ ਗਿਣਨ ਲਈ ਨੋਟ ਗਿਣਨ ਵਾਲੀ 6 ਮਸ਼ੀਨਾਂ ਦਾ ਇਸਤੇਮਾਲ ਕੀਤਾ ਅਤੇ ਨੋਟਾਂ ਦੇ ਗਿਣਨ ਵਿੱਚ 17 ਘੰਟੇ ਲੱਗ ਗਏ। ਹੁਕਾਮ ਦੇ ਮੁਤਾਬਕ ਸੰਜੀਵ ਲਾਲ ਦੇ ਘਰ ਤੋਂ ਬਰਾਮਦ ਹੋਣ ਵਾਲੀ ਕਰੰਸੀ ਦੀ ਮਾਲੀਅਤ 34 ਕਰੋੜ ਭਾਰਤੀ ਰੁਪਏ ਹੈ। ਅਤੇ ਦੂਜੀ ਜਾਨਬ ਆਲਮਗੀਰ ਆਲਮ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਤਹਿਕੀਕਾਤ ਮੁਕੰਮਲ ਹੋਣ ਤੋਂ ਪਹਿਲਾਂ ਲੋਕਾਂ ਨੂੰ ਆਪਣੀ ਰਾਏ ਨਹੀਂ ਦੇਣੀ ਚਾਹੀਦੀ। ਉਹਨਾਂ ਨੇ ਇਹ ਵੀ ਕਿਹਾ ਕਿ ਸੰਜੀਵ ਲਾਲ ਉਹਨਾਂ ਤੋਂ ਕਬਲ ਵੀ 2 ਵਜ਼ਰਾਂ ਦੇ ਪਰਸਨਲ ਸੈਕਟਰੀ ਰਹਿ ਚੁੱਕੇ ਨੇ, ਅਮੂਮਨ ਤਜਰਬੇ ਦੀ ਬੁਨਿਆਦ 'ਤੇ ਤਾਇਨਾਤੀਆਂ ਕੀਤੀਆਂ ਜਾਂਦੀਆਂ ਨੇ। ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੇ ਨਾਲ ਆਪਣੇ ਕੰਮ ਦੇ ਤਜਰਬੇ ਅਤੇ ਸ਼ਖਸੀਅਤ ਤੋਂ ਮੁਤਾਲਿਕ ਦਿਲਚਸਪ ਹਕਾਇਕ ਵੀ ਦੱਸ ਦਿੱਤੇ। ਪ੍ਰੀਤੀ ਜ਼ਿੰਟਾ ਅਕਸਰ ਆਪਣੇ ਮੁੱਦਾਵਾਂ ਤੋਂ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੇ ਦਿਲਚਸਪ ਸਵਾਲਾਂ ਦੇ ਜਵਾਬ ਦੇਣ ਤੋਂ ਨਹੀਂ ਝਿਜਕਚਾਉਂਦੀਆਂ, ਜਿਸ ਦੀ ਮਿਸਾਲ ਉਹਨਾਂ ਦੇ ਮੁੱਦਾਵਾਂ ਦੇ ਨਾਲ ਸੋਸ਼ਲ ਮੀਡੀਆ 'ਤੇ ਹਾਲੀਆ ਸਵਾਲਾਂ ਤੋਂ ਜਵਾਬ ਦਾ ਸੈਸ਼ਨ ਸੀ। ਇਸ ਦੌਰਾਨ ਮੁੱਦਾ ਨੇ ਸ਼ਾਹਰੁਖ ਖਾਨ ਦੇ ਨਾਲ ਕੰਮ ਦੇ ਤਜਰਬੇ ਤੋਂ ਮੁਤਲਕ ਸਵਾਲ ਕੀਤਾ ਅਤੇ ਪ੍ਰੀਤੀ ਜ਼ਿੰਟਾ ਦਾ ਕਹਿਣਾ ਸੀ ਕਿ ਸ਼ਾਹਰੁਖ ਟੈਲੈਂਟ ਦੇ ਪਾਵਰ ਹਾਊਸ ਨੇ ਅਤੇ ਇਹ ਅਜੇ ਅਦਾਕਾਰ ਨੇ ਜਿਸ ਦੇ ਨਾਲ ਕੰਮ ਕਰਦਿਆਂ ਮਜ਼ਾ ਆਉਂਦਾ। ਉਹਨਾਂ ਨੇ ਸ਼ਾਹਰੁਖ ਤੋਂ ਮੁਤਲਕ ਦੱਸਿਆ ਕਿ ਆਪਣੇ ਸਾਥੀ ਅਦਾਕਾਰਾਂ ਨੂੰ ਹਮੇਸ਼ਾ ਪੁਰਜੋਸ਼ ਰੱਖਦੇ ਨੇ, ਉਹ ਬਹੁ ਪੁਰ ਮਜ਼ਾਕ ਅਤੇ ਮੁਸਾਬਕਤੀ ਅਦਾਕਾਰ ਨੇ ਅਤੇ ਮੈਂ ਫਿਲਮ ਦਿਲ ਸੇ 'ਚ ਉਹਨਾਂ ਤੋਂ ਬਹੁਤ ਕੁਛ ਸਿੱਖਿਆ। ਜਦ ਉਹਨਾਂ ਤੋਂ ਸਵਾਲ ਕੀਤਾ ਗਿਆ ਕਿ ਦੁਬਾਰਾ ਸ਼ਾਹਰੁਖ ਦੇ ਨਾਲ ਕੰਮ ਕਦ ਕਰਨਗੀਆਂ, ਇਸੇ ਦੌਰਾਨ ਸਲਮਾਨ ਖਾਨ ਤੋਂ ਮੁਤਲਕ ਮਦਾ ਨੇ ਸਵਾਲ ਕੀਤਾ ਅਤੇ ਪ੍ਰੀਤੀ ਜ਼ਿੰਟਾ ਦਾ ਕਹਿਣਾ ਸੀ ਕਿ ਸਲਮਾਨ ਖਾਨ ਦਾ ਦਿਲ ਸੋਨੇ ਦਾ ਹੈ, ਉਹ ਕਿ ਬਾਸਲਾਹੀਅਤ ਅਤੇ ਮਿਹਨਤੀ ਅਦਾਕਾਰ ਹੋਣ ਦੇ ਨਾਲ ਸਭ ਤੋਂ ਵਫ਼ਾਦਾਰ ਦੋਸਤ ਵੀ ਨੇ। ਸਲਮਾਨ ਦੇ ਬਾਰੇ 'ਚ ਪ੍ਰੀਤੀ ਜ਼ਿੰਟਾ ਦਾ ਕਹਿਣਾ ਸੀ ਕਿ ਬਾਲੀਵੁੱਡ ਦੇ ਸੁਲਤਾਨ ਦੀ ਹਿੱਸੇ ਮੂਸੀਕੀ ਇੰਤਹਾਈ ਉਮਦਾ ਹੈ। ਖਿਆਲ ਰਵੇ ਕਿ ਪ੍ਰੀਤੀ ਜ਼ਿੰਟਾ ਸ਼ਾਹਰੁਖ ਖਾਨ ਦੇ ਨਾਲ ਫਿਲਮ ਦਿਲ ਸੇ, ਕੱਲ ਹੋ ਨਾ ਹੋ, ਵੀਰ ਜ਼ਾਰਾ ਔਰ ਕਭੀ ਅਲਵਿਦਾ ਨਾ ਕਹਿਣਾ ਜਿਹੀ ਹਿੱਟ ਫਿਲਮਾਂ 'ਚ ਕੰਮ ਕੀਤਾ। ਦੂਜੀ ਜਾਨਬ ਸਲਮਾਨ ਖਾਨ ਦੇ ਨਾਲ ਪ੍ਰੀਤੀ ਜ਼ਿੰਟਾ ਹਰ ਦਿਲ ਜੋ ਪਿਆਰ ਕਰੇਗਾ, ਚੋਰੀ ਚੋਰੀ, ਚੁਪਕੇ ਚੁਪਕੇ ਜਿਹੀਆਂ ਕਾਮਯਾਬ ਫਿਲਮਾਂ 'ਚ ਜਲਵਾਗਰ ਹੋਈਆਂ ਸਨ। ਕੌਮੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਪੂਰੀ ਟੀਮ ਦੀ ਸਾਰੀ ਤਵੱਜਾ ਸਿਰਫ ਔਰ ਸਿਰਫ ਵਰਲਡ ਕੱਪ ਜਿੱਤਣ 'ਤੇ ਮਰਕੂਜ਼ ਹੈ। ਮਾਜ਼ੀ 'ਚ ਜੋ ਹੋਣਾ ਸੀ ਉਹ ਹੋ ਗਿਆ, ਕੌਮ ਨੂੰ ਇਸ ਵਾਰ ਵਰਲਡ ਕੱਪ ਦਾ ਤੋਹਫ਼ਾ ਦੇਵਾਂਗੇ। ਕੌਮੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਇਸ ਯਕੀਨ ਅਤੇ ਇਤਮਾਦ ਦਾ ਇਜ਼ਹਾਰ ਵਰਲਡ ਕੱਪ 2024 ਲਈ ਮੁੰਤਖਬ ਕਰਦਾ ਟੀਮ ਦੇ ਹਵਾਲੇ ਤੋਂ ਕੀਤੀ ਗਈ ਪ੍ਰੈਸ ਕਾਨਫਰੰਸ 'ਚ ਕੀਤਾ। ਕਪਤਾਨ ਨੇ ਕਿਹਾ ਕਿ ਪਿਛਲਾ ਵਰਲਡ ਕੱਪ ਨਹੀਂ ਜਿੱਤ ਸਕੇ ਸਨ, ਲੇਕਿਨ ਉਹ ਮਾਜ਼ੀ ਸੀ ਜੋ ਗੁਜ਼ਰ ਗਿਆ, ਮਗਰ ਇਸ ਵਾਰ ਯਕੀਨ ਹੈ ਕਿ ਟਰਾਫੀ ਲੈ ਕੇ ਆਵਾਂਗੇ। ਪੂਰੀ ਟੀਮ ਦਾ ਫੋਕਸ ਇਸ ਗੱਲ 'ਤੇ ਵੇ ਕਿ ਕਿਸ ਤਰ੍ਹਾਂ ਇਹ ਵਰਲਡ ਕੱਪ ਜਿੱਤ ਕੇ ਲੈ ਕੇ ਆਵਾਂ। ਬਾਬਰ ਆਜ਼ਮ ਨੇ ਕਿਹਾ ਕਿ ਟੀਮ ਸਿਲੈਕਸ਼ਨ ਮੈਰਿਟ 'ਤੇ ਹੋਈ ਹੈ, ਤਮਾਮ ਸਿਲੈਕਟਰਸ ਨੇ ਤਵੀਲ ਬਹਿਸੋ ਮੁਬਾਇਸੇ, ਬਾਮੀ ਮੁਸ਼ਾਵਰਤ ਅਤੇ ਇੱਕ ਇੱਕ ਖਿਲਾੜੀ ਦੀ ਪਰਫਾਰਮੈਂਸ ਨੂੰ ਵੇਖਦਿਆਂ ਹੋਇਆਂ ਟੀਮ ਦੀ ਸਿਲੈਕਸ਼ਨ ਕੀਤੀ ਹੈ।
ਕੌਮੀ ਟੀਮ ਦੇ ਕਪਤਾਨ ਨੇ ਕਿਹਾ ਕਿ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਵੀ ਵਰਲਡ ਕੱਪ ਦੀ ਤਿਆਰੀਆਂ ਦੇ ਹਵਾਲੇ ਤੋਂ ਗੱਲਬਾਤ ਕਰਦੇ ਨੇ ਤੇ ਟੀਮ ਨੂੰ ਇਤਮਾਦ ਦੇ ਰਹੇ ਨੇ। ਬਾਬਰ ਆਜ਼ਮ ਨੇ ਟੀਮ ਦੀ ਸਿਲੈਕਸ਼ਨ ਤੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਹਾਰਿਸ ਰਊਫ ਨੇ ਬਹੁਤ ਜਲਦੀ ਰਿਕਵਰ ਕੀਤਾ ਹੈ, ਇਹ ਖੁਸ਼ਾਇੰਦ ਗੱਲ ਹੈ। ਹਾਰਿਸ ਰਊਫ ਨੇ ਟੀ ਟਵੈਂਟੀ 'ਚ ਬਿਹਤਰੀਨ ਪਰਫਾਰਮੈਂਸ ਦਿੱਤੀ ਹੈ। ਟੀਮ ਦੇ ਓਪਨਰਸ ਦੇ ਹਵਾਲੇ ਤੋਂ ਬਾਬਰ ਆਜ਼ਮ ਨੇ ਕਿਹਾ ਕਿ ਮੇਰਾ ਅਤੇ ਮੁਹੰਮਦ ਰਿਜ਼ਵਾਨ ਲਈ ਖੇਡਣ ਦਾ ਤਰੀਕਾ ਮੁਖਤਲਿਫ ਹੈ, ਅਗਰ ਓਪਨਿੰਗ ਛੋੜਨਾ ਪਈ ਤਾਂ ਮੈਂ ਛੋੜ ਦੇਵਾਂਗਾ। ਟਾਪ ਆਰਡਰ ਵਿੱਚ ਮੁਹੰਮਦ ਰਿਜ਼ਵਾਨ, ਸਾਏ ਮਯੂਬ ਅਤੇ ਫਖਰ ਜ਼ਮਾਨ ਤੋਂ ਉਮੀਦਾਂ। ਦੇਸੀ ਟੀਵੀ USA ਤੋਂ ਫਿਲਹਾਲ ਇਤਨਾ ਹੀ। ਮਜ਼ੀਦ ਖਬਰਾਂ ਅਤੇ ਅਪਡੇਟਸ ਲਈ ਸਾਡੇ ਨਾਲ ਰਹੋ ਅਤੇ ਵੇਖਦੇ ਰਹੋ ਦੇਸੀ ਟੀਵੀ USA, DTV NN ਅਤੇ ਸਾਡਾ OTT ਪਲੇਟਫਾਰਮ DTV ਫਲਿਕਸ, ਜਿੱਥੇ 3000 ਤੋਂ ਜ਼ਾਇਦ ਚੈਨਲਸ ਨੂੰ ਵੇਖਿਆ ਜਾ ਸਕਦਾ ਹੈ। ਦੀਵਾਨਾ ਬਨਾਨਾ ਹੈ ਤੋ।